ਆਪਾਂ ਸਭ ਕਿ ਸੁਣਦੇ ਹਾਂ ਵੀ ਕਰਮਾਂ ਦੀ ਜਿਹੜੀ ਖੇਡ ਹੈ ਨਾ ਉਹ ਜ਼ਰੂਰ ਵਾਪਰਦੀ, ਆਪਾਂ ਜੋ ਕਰਦੇ ਹਾਂ ਉਹ ਮੁੜ ਕੇ ਵਾਪਸ ਜ਼ਰੂਰ ਆਉਂਦਾ। ਕਰਮਾਂ ਦੇ ਕੋਲ ਨਾ ਤਾਂ ਕੋਈ ਵਰਕ ਹੈ ਅਤੇ ਨਾ ਹੀ ਕੋਈ ਡਾਇਰੀ, ਫਿਰ ਵੀ ਕਰਮਾਂ ਦਾ ਹਿਸਾਬ ਬਰਾਬਰ ਹੁੰਦਾ। ਇੱਕ ਵਾਰ ਇੱਕ ਨਗਰ ਦੇ ਵਿੱਚ ਦੋ ਮਨੁੱਖ ਹੁੰਦੇ ਨੇ। ਕਹਿੰਦੇ ਇੱਕ ਮਨੁੱਖ ਦੀ ਦਿਨ ਦੀ ਇਹ ਚਰਿਆ ਸੀ ਵੀ ਉਹਨੇ ਅੰਮ੍ਰਿਤ ਵੇਲੇ ਉੱਠਣਾ, ਪਰਮਾਤਮਾ ਦਾ ਨਾਮ ਲੈਣਾ ਅਤੇ ਜਿੱਥੇ ਕਥਾ ਕੀਰਤਨ ਹੋਣਾ ਉੱਥੇ ਜਾ ਕੇ ਪਰਮਾਤਮਾ ਦੇ ਅੱਗੇ ਨਤਮਸਤਕ ਹੋਣਾ। ਦਿਨ ਦੇ ਵਿੱਚ ਕੋਈ ਮਾੜਾ ਕੰਮ ਨਾ ਕਰਾਂ ਅਤੇ ਹਰ ਇੱਕ ਲਈ ਭਲਾ ਸੋਚਾਂ, ਇਹ ਉਹਨੇ ਵਿਚਾਰ ਕਰਿਆ ਕਰਨਾ। ਕਹਿੰਦੇ ਉਸੇ ਨਗਰ 'ਚ ਇੱਕ ਹੋਰ ਮਨੁੱਖ ਸੀ, ਉਹਨੇ ਜਿੱਥੇ ਸੰਗਤ ਇਕੱਠੀ ਹੋਇਆ ਕਰਨੀ ਉੱਥੇ ਜਾ ਕੇ ਅਤੇ ਚੋਰੀ ਚਕਾਰੀ ਕਰਕੇ ਅਤੇ ਲੈ ਆਇਆ ਕਰਨੀ। ਕਹਿੰਦੇ ਇੱਕ ਦਿਨ ਬੜੇ ਚੋਰਾਂ ਦਾ ਮੀਂਹ ਪੈਣ ਦਿਆ ਸੀ। ਕਹਿੰਦੇ ਹੁਣ ਜਿਹੜਾ ਮਨੁੱਖ ਰੋਜ਼ ਪਰਮਾਤਮਾ ਦਾ ਨਾਮ ਲੈਂਦਾ ਸੀ ਉਹਨੇ ਕਿਹਾ ਵੀ ਮੀਂਹ ਨਾ ਹੋਰ ਜ਼ਿਆਦਾ ਤੇਜ਼ ਨਾ ਹੋ ਜੇ ਅਤੇ ਜਾ ਕੇ ਛੇਤੀ ਨਾਲ ਮੱਥਾ ਟੇਕ ਕੇ ਅਤੇ ਆ ਜਾਂਦਾ ਵਾਂ। ਪਰਮਾਤਮਾ ਦੇ ਨਾਲ ਜੋ ਵੀ ਗਿਲੇ ਸ਼ਿਕਵੇ ਨੇ ਜਾਂ ਪਰਮਾਤਮਾ ਤੋਂ ਅੱਜ ਜੋ ਵੀ ਮਾਫ਼ੀ ਮੰਗਣੀ ਨੇ ਉਹ ਮੰਗ ਕੇ ਅਤੇ ਆ ਜਾਂਦਾ ਵਾਂ। ਕਹਿੰਦੇ ਇੰਨੇ ਨੂੰ ਉਹ ਮੀਂਹ ਜ਼ੋਰਾਂ ਦਾ ਪੈਣ ਦਿਆ ਸੀ। ਉਸੇ ਪਿੰਡ 'ਚ ਇੱਕ ਮੰਦਰ ਸੀ, ਉੱਥੇ ਗਿਆ ਮੱਥਾ ਟੇਕਣ ਲੱਗਾ। ਕਹਿੰਦੇ ਉਦੋਂ ਪਹਿਲਾਂ ਚੋਰ ਸੋਚਦਾ ਹੈ ਵੀ ਹਰ ਪਾਸੇ ਮੀਂਹ ਪੈਣਦੇ ਆ, ਅੱਜ ਮੰਦਰ ਦੇ ਵਿੱਚ ਕੋਈ ਨਹੀਂ ਹੋਣਾ, ਗੋਲਕ ਚੁੱਕ ਕੇ ਅਤੇ ਭੰਨ ਕੇ ਸਾਰੇ ਪੈਸੇ ਲੈ ਆਉਂਦਾ ਵਾਂ। ਕਹਿੰਦੇ ਉਸ ਸਮੇਂ ਜੋ ਉਸ ਮੰਦਰ ਦੀ ਦੇਖਭਾਲ ਕਰਦਾ ਸੀ ਉਹ ਸੌਣ ਦਿਆ ਸੀ। ਕਹਿੰਦੇ ਚੋਰ ਸਭ ਤੋਂ ਪਹਿਲਾਂ ਉੱਥੇ ਗਿਆ, ਉਹਨੇ ਗੋਲਕ ਤੋੜੀ, ਜਿੰਨੀ ਧਨ ਰਾਸ਼ੀ ਸੀ ਇੱਕ ਪੋਟਲੀ 'ਚ ਪਾਈ ਅਤੇ ਉੱਥੋਂ ਲੈ ਕੇ ਰਫੂ ਚੱਕਰ ਹੋ ਗਿਆ। ਕਹਿੰਦੇ ਹੁਣ ਜਿਹੜਾ ਮਨੁੱਖ ਰੋਜ਼ ਜਾ ਕੇ ਪਰਮਾਤਮਾ ਦਾ ਨਾਮ ਲੈਂਦਾ ਸੀ ਉਹ ਗਿਆ ਮੱਥਾ ਟੇਕ ਕੇ ਜਿਵੇਂ ਮੁੜਨ ਲੱਗਾ, ਕਹਿੰਦੇ ਹੁਣ ਜੋ ਮੰਦਰ ਦੀ ਦੇਖਭਾਲ ਕਰਦਾ ਸੀ ਉਹ ਖੜ੍ਹਾ ਹੋ ਗਿਆ। ਉਹਨੂੰ ਲੱਗਾ ਵੀ ਹੋਰ ਤਾਂ ਇੱਥੇ ਕੋਈ ਨਹੀਂ ਆਇਆ, ਇੰਨੇ ਵਰਦੇ ਮੀਂਹ 'ਚ ਇਹੀ ਆਇਆ ਅਤੇ ਇੰਨੀ ਚੋਰੀ ਕੀਤੀ। ਕਹਿੰਦੇ ਉਸ ਸਮੇਂ ਮੀਂਹ ਵੀ ਰੁਕਿਆ ਅਤੇ ਲੋਕਾਂ ਦੀ ਆਵਾਜਾਈ ਸ਼ੁਰੂ ਹੋ ਗਈ। ਕਹਿੰਦੇ ਲੋਕ ਜਦੋਂ ਉੱਥੇ ਆਏ ਅਤੇ ਉਹ ਪੰਡਿਤ ਜਿਹੜਾ ਸੀ ਜੋ ਦੇਖਭਾਲ ਕਰਦਾ ਸੀ ਉੱਚੀ ਉੱਚੀ ਰੌਲਾ ਪਾਉਣ ਲੱਗ ਗਿਆ। ਕਹਿੰਦੇ ਵੇਖੋ ਇਹ ਰੋਜ਼ ਇੱਥੇ ਆਉਂਦਾ, ਮੈਨੂੰ ਭਲਾ ਪੁਰਖ ਸਮਝਦਾ ਸੀ ਪਰ ਇੰਨੇ ਤਾਂ ਚੋਰੀ ਕੀਤੀ ਅਤੇ ਚੋਰੀ ਕਰਕੇ ਵੇਖੋ ਸਾਰੇ ਪੈਸੇ ਲੈ ਕੇ ਅਤੇ ਰਫੂ ਚੱਕਰ ਹੋ ਗਿਆ। ਕਹਿੰਦੇ ਜਿੰਨੇ ਲੋਕ ਸੀ ਉੱਥੇ ਉਹ ਮਾਰ ਕੁਟਾਈ ਉਸ ਦੇ ਨਾਲ ਕਰਨ ਲੱਗੇ। ਜਦੋਂ ਵਿਚਾਰ ਦੀ ਮਾਰ ਕੁਟਾਈ ਹੋਣ ਲੱਗੀ ਨਾ ਤਾਂ ਉਹਨਾਂ ਤੋਂ ਬਚਦਾ ਬਚਾਉਂਦਾ ਭੱਜ ਕੇ ਪੌੜੀਆਂ ਉਤਰਨ ਲੱਗਾ। ਅੱਗੋਂ ਜਿਵੇਂ ਹੀ ਭੱਜਿਆ ਨਾ ਅਤੇ ਇੱਕ ਕਾਰ ਨੇ ਆ ਕੇ ਉਸ ਮਨੁੱਖ ਨੂੰ ਟੱਕਰ ਮਾਰ ਦਿੱਤੀ। ਕਹਿੰਦੇ ਪਹਿਲਾਂ ਲੋਕਾਂ ਨੇ ਮਾਰ ਮਾਰ ਕੇ ਅਤੇ ਹੱਡ ਦੂਰੇ ਕੀਤੇ ਪਏ ਸਨ, ਹੁਣ ਜਿਵੇਂ ਗੱਡੀ ਦੇ ਨਾਲ ਟਕਰਾਇਆ ਅਤੇ ਗੋਡੇ 'ਤੇ ਬਹੁਤ ਭਾਰੀ ਸੱਟ ਵੱਜ ਗਈ, ਵਿੱਚੋਂ ਖੂਨ ਰਿਸਣ ਲੱਗਾ। ਉੱਥੋਂ ਕਾਹਲੇ ਕਦਮਾਂ ਨਾਲ ਉੱਠਿਆ ਅਤੇ ਘਰ ਵੱਲ ਨੂੰ ਚੁੱਲਣਾ ਸ਼ੁਰੂ ਕਰ ਦਿੱਤਾ। ਤੁਰਦੇ ਤੁਰਦੇ ਨਾ ਇੱਕ ਰੁੱਖ ਦੇ ਕੋਲ ਉਹੀ ਮਨੁੱਖ ਨੂੰ ਦੇਖਦਾ ਜਿਹਨੇ ਸਾਰੇ ਪੈਸੇ ਟੱਕੇ ਦੀ ਚੋਰੀ ਕੀਤੀ ਹੁੰਦੀ ਹੈ। ਉਹ ਮਨੁੱਖ ਆਪਣੇ ਆਪ ਨੂੰ ਆਖ ਰਿਹਾ ਹੁੰਦਾ ਹੈ ਵੀ ਹੁਣ ਤਾਂ ਭਾਵੇਂ ਮੈਂ ਸਾਰੀ ਉਮਰ ਬੈਠ ਕੇ ਖਾ ਲਾਂ ਨਾ ਤਾਂ ਵੀ ਇਹ ਪੈਸੇ ਨਹੀਂ ਮੁੱਕਣੇ ਹੈਗੇ, ਚੰਗਾ ਹੋਇਆ ਮੈਂ ਅੱਜ ਮੀਂਹ ਵਰ ਦੇ ਵਿੱਚ ਆ ਗਿਆ ਅਤੇ ਸਾਰੇ ਪੈਸੇ ਮੈਂ ਲੈ ਲਏ। ਹੁਣ ਮਨੁੱਖ ਨੂੰ ਬੜਾ ਗੁੱਸਾ ਆਇਆ ਵੀ ਚੋਰੀ ਤਾਂ ਕਿਸੇ ਹੋਰ ਕੀਤੀ ਹੈ, ਮੇਰੀ ਮਾਰ ਕੁੱਟ ਵੀ ਹੋਈ ਅਤੇ ਕਰਮ ਐਡੇ ਮਾੜੇ ਹੋਏ ਕਿ ਗੱਡੀ ਦੇ ਨਾਲ ਟਕਰਾ ਕੇ ਲੱਤ ਵੀ ਜਿਹੜੀ ਲੰਗੜਾਉਣ ਦੇ ਲੱਗ ਗਿਆ ਵਾਂ। ਅੱਜ ਤੋਂ ਬਾਅਦ ਮੈਂ ਕਦੇ ਪਰਮਾਤਮਾ ਦੇ ਦਰ 'ਤੇ ਨਹੀਂ ਜਾਣਾ। ਘਰ ਗਿਆ, ਘਰ ਜਾ ਕੇ ਜਿੰਨੀਆਂ ਪਰਮਾਤਮਾ ਦੀਆਂ ਫੋਟੋ ਸ਼ਬਦ ਜੋ ਵੀ ਲਾਏ ਸੀ ਸਾਰੇ ਲਾ ਕੇ ਅਤੇ ਅੱਗ ਦੇ ਵਿੱਚ ਉਹਨੇ ਅਗਨ ਭੇਟ ਕਰ ਦਿੱਤੇ। ਕਹਿਣ ਲੱਗਾ ਵੀ ਅੱਜ ਤੋਂ ਬਾਅਦ ਨਾ ਹੀ ਕੋਈ ਕਥਾ ਕੀਰਤਨ ਕਿਤੇ ਨਹੀਂ ਜਾਵੇਗਾ ਅਤੇ ਨਾ ਹੀ ਕੋਈ ਅੱਜ ਤੋਂ ਬਾਅਦ ਮੈਂ ਕਿਸੇ ਦੀ ਮਦਦ ਕਰਾਂਗਾ। ਕਹਿੰਦੇ ਕੁਝ ਸਮਾਂ ਲੰਘਿਆ ਅਤੇ ਕਹਿੰਦੇ ਉਹ ਜਿਹੜਾ ਚੋਰ ਸੀ ਅਤੇ ਇੱਧਰੋਂ ਇਹ ਭਲਾ ਮਨੁੱਖ ਸੀ ਦੋਵੇਂ ਜਣੇ ਅਕਾਲ ਚਲਾਣੇ ਕਰ ਗਏ। ਹੁਣ ਭਲੇ ਮਨੁੱਖ ਨੇ ਜਦੋਂ ਉਸ ਮਨੁੱਖ ਨੂੰ ਉੱਥੇ ਦੇਖਿਆ ਅਤੇ ਉਹਦਾ ਲੇਖਾ ਜੋਖਾ ਹੋਣ ਲੱਗ ਗਿਆ ਨਾ
ਤਾਂ ਉੱਚੀ ਆਵਾਜ਼ 'ਚ ਕਹਿਣ ਲੱਗਾ, ਕਹਿੰਦਾ ਧਰਮਰਾਜ, ਮੈਂ ਅੱਜ ਤੱਕ ਕਦੇ ਕਿਸੇ ਦਾ ਮਾੜਾ ਨਹੀਂ ਸੀ ਕੀਤਾ, ਹਰ ਇੱਕ ਦੀ ਮਦਦ ਕਰਦਾ ਸੀ, ਅੰਮ੍ਰਿਤ ਵੇਲੇ ਉੱਠ ਪਰਮਾਤਮਾ ਦਾ ਨਾਮ ਲੈਂਦਾ ਸੀ, ਜੋ ਬਣਦਾ ਸਰਦਾ ਸੀ ਲੋਕਾਂ ਦੀ ਮਦਦ ਵੀ ਕਰਦਾ ਸੀ, ਪਰ ਮੇਰੇ ਲੇਖੇ ਕੀ ਸਿਰਫ ਅਤੇ ਸਿਰਫ ਲੋਕਾਂ ਦੀ, ਜੋ ਮੇਰੇ ਲੇਖੇ ਆਏ ਵੀ ਤੂੰ ਉਹਨਾਂ ਦੇ ਮਨ ਦੇ ਵਿੱਚ ਇਹ ਭਰਤਾ ਵੀ ਮੈਂ ਚੋਰ ਹਾਂ, ਫਿਰ ਮੇਰਾ ਕਾਰ ਦੇ ਨਾਲ ਐਕਸੀਡੈਂਟ ਕਰਾਤਾ ਅਤੇ ਇਹਨੂੰ ਤੁਸੀਂ ਇੰਨੇ ਪੈਸੇ ਅਤੇ ਧਨ ਰਾਸ਼ੀ ਦੇਤੀ? ਤਾਂ ਅੱਗੋਂ ਧਰਮਰਾਜ ਨੇ ਕਿਹਾ, ਦੇਖੋ ਕਈ ਵਾਰ ਆਪਾਂ ਸਭ ਨੂੰ ਲੱਗਦਾ ਕਿ ਪਰਮਾਤਮਾ ਜੋ ਕਰਦਾ ਪਿਆ ਨਾ ਉਹ ਆਪਣੇ ਨਾਲ ਮਾੜਾ ਕਰਦਾ ਪਿਆ, ਜੋ ਮੈਂ ਚਾਹੁੰਦਾ ਸੀ ਉਹ ਤਾਂ ਪਰਮਾਤਮਾ ਨੇ ਕੀਤਾ ਨਹੀਂ, ਪਰ ਅਸਲ ਗੱਲ ਵੇਖ, ਜਿਸ ਦਿਨ ਤੇਰੇ 'ਤੇ ਚੋਰੀ ਦਾ ਇਲਜ਼ਾਮ ਲੱਗਾ ਉਹ ਤੇਰੇ ਪਿਛਲੇ ਕਰਮਾਂ ਦਾ ਫਲ ਸੀ, ਤੇਰਾ ਇਸ ਦਿਨ ਐਕਸੀਡੈਂਟ ਹੋਇਆ ਉਸ ਦਿਨ ਤੇਰੇ ਅੰਤਿਮ ਸਵਾਸ ਸਨ, ਪਰ ਤੂੰ ਇੰਨੇ ਚੰਗੇ ਕਰਮ ਕੀਤੇ ਹੋਏ ਸਨ ਕਿ ਪਰਮਾਤਮਾ ਨੇ ਤੈਨੂੰ ਹੋਰ ਸਵਾਸ ਬਖਸ਼ ਦਿੱਤੇ, ਕਿਉਂਕਿ ਤੇਰੇ ਛੋਟੇ ਛੋਟੇ ਜਵਾਕ ਸੀ ਉਹ ਤੈਨੂੰ ਉਸ ਦਿਨ ਤੇਰੀ ਜਾਨ ਜਾਣੀ ਸੀ, ਪਰ ਇੱਕ ਛੋਟੀ ਜਿਹੀ ਸੂਲ ਬਣਾ ਕੇ ਤੇਰੇ ਤੋਂ ਸਾਰੀ ਮੁਸ਼ਕਿਲੇ ਟਾਲ ਦਿੱਤੀ। ਕਹਿੰਦੇ ਫਿਰ ਇਸ ਨੂੰ ਉਹ ਧਨ ਰਾਸ਼ੀ ਮਿਲੀ ਅਤੇ ਇਹਦੇ ਨਾਲ ਕੁਝ ਵੀ ਨਾ ਹੋਇਆ? ਧਰਮਰਾਜ ਨੇ ਕਿਹਾ, ਪਰਮਾਤਮਾ ਕਦੇ ਕਿਸੇ ਨਾਲ ਮਾੜਾ ਨਹੀਂ ਕਰਦਾ, ਇਹਦੇ ਹਿੱਸੇ 'ਚ ਨਾ ਪਿਛਲੇ ਕਰਮਾਂ ਦੇ ਕਰਕੇ ਬੜਾ ਰਾਜਯੋਗ ਲਿਖਿਆ ਸੀ, ਇਹਨੂੰ ਐਸਾ ਖਜ਼ਾਨਾ ਮਿਲਣਾ ਸੀ ਕਿ ਆਉਣ ਵਾਲੀਆਂ ਕਈ ਪੁਸ਼ਤਾਂ ਬੈਠ ਕੇ ਖਾ ਸਕਦੀਆਂ ਸਨ, ਪਰ ਇਹਦੇ ਮਾੜੇ ਕਰਮ ਰੋਜ਼ ਚੋਰੀ ਕਰਦਾ ਸੀ, ਇਸ ਕਰਕੇ ਉਹ ਐਡਾ ਵੱਡਾ ਖਜ਼ਾਨਾ ਇੱਕ ਪੋਟਲੀ 'ਚ ਬਸ ਭੱਜ ਕੇ ਰਹਿ ਗਿਆ। ਜਦੋਂ ਇਹ ਗੱਲ ਸੁਣੀ ਤਾਂ ਉਹਨਾਂ ਕਿਹਾ ਵੀ ਧਰਮਰਾਜ ਕਹਿੰਦਾ ਵੀ ਜੋ ਆਪਾਂ ਕਰਮ ਕਰਦੇ ਹਾਂ ਨਾ ਉਹੀ ਆਪਾਂ ਨੂੰ ਫਲ ਮਿਲਦਾ, ਆਪਣੇ ਚੰਗੇ ਫਲ ਜਿਹੜੇ ਕਰਮ ਕਰਦੇ ਹਾਂ ਉਹ ਆਪਣੇ ਰਾਹ ਦੇ ਰੋੜੇ ਵੱਟੇ ਉਹ ਮੁਸ਼ਕਿਲਾਂ ਨੂੰ ਦੂਰ ਕਰ ਰਿਹਾ ਹੁੰਦਾ, ਪਰ ਆਪਾਂ ਨੂੰ ਲੱਗਦਾ ਪਰਮਾਤਮਾ ਆਪਣੇ ਨਾਲ ਮਾੜਾ ਕਰਦਾ। ਪਰਮਾਤਮਾ ਕਿਸੇ ਨਾਲ ਮਾੜਾ ਨਹੀਂ ਕਰਦਾ, ਪਰਮਾਤਮਾ ਨੇ ਹਰ ਇੱਕ ਨੂੰ ਕਰਮ ਕਰਨ ਲਈ ਸਵਤੰਤਰ ਦਿੱਤਾ ਹੈ ਵੀ ਤੂੰ ਜਿਵੇਂ ਦੇ ਕਰਮ ਕਰੇਗਾ ਉਵੇਂ ਦਾ ਫਲ ਪਾਏਗਾ, ਪਰਮਾਤਮਾ ਕਦੇ ਕਿਸੇ ਨਾਲ ਮਾੜਾ ਨਹੀਂ ਕਰਦਾ। ਐਵੇਂ ਨਾ ਇੱਕ ਵਾਰ ਇੱਕ ਨਗਰ ਸੀ, ਉੱਥੇ ਇੱਕ ਰਾਜਾ ਰਾਜ ਕਰਿਆ ਕਰਦਾ ਸੀ। ਰਾਜਾ ਨੇ ਨਾ ਅੱਜ ਇੱਕ ਮੰਤਰੀ ਦੇ ਨਾਲ ਹਮੇਸ਼ਾ ਰਿਹਾ ਕਰਦਾ ਸੀ, ਉਹ ਮੰਤਰੀ ਤੋਂ ਸਲਾਹ ਲੈਂਦਾ, ਮੰਤਰੀ ਬੜਾ ਸਿਆਣਾ ਅਤੇ ਸੂਝਵਾਨ ਸੀ। ਰਾਜਾ ਨਾ ਅੱਜ ਆਪਣੇ ਨਗਰ ਦੇ ਵਿੱਚ ਦੇਖਣਾ ਚਾਹੁੰਦਾ ਸੀ ਵੀ ਕੌਣ ਕਿਵੇਂ ਦਾ ਕੰਮ ਕਰ ਰਿਹਾ। ਮੰਤਰੀ ਦੇ ਨਾਲ ਅੰਮ੍ਰਿਤ ਵੇਲੇ ਆਪਣੇ ਘਰ ਤੋਂ ਅਤੇ ਬਾਹਰ ਨਿਕਲ ਗਏ। ਰਾਜਾ ਹੁਣ ਨਾ ਇੱਕ ਦੁਕਾਨ ਦੇ ਅੱਗੋਂ ਲੰਘਦਾ, ਉੱਥੇ ਚੰਦਨ ਦੀਆਂ ਇੰਨੀਆਂ ਲੱਕੜਾਂ ਪਈਆਂ ਹੁੰਦੀਆਂ ਨੇ ਜਿਹਦੀ ਖੁਸ਼ਬੂ ਦੇਖ ਕੇ ਰਾਜੇ ਨੂੰ ਦੂਰੋਂ ਹੀ ਸੁਗੰਧ ਆਉਣ ਲੱਗ ਜਾਂਦੀ। ਪਰ ਰਾਜਾ ਜਿਵੇਂ ਹੀ ਉਹ ਦੁਕਾਨ ਦੇ ਅੱਗੋਂ ਲੰਘਦਾ ਮੰਤਰੀ ਨੂੰ ਕਹਿੰਦਾ ਵੀ ਸਵੇਰੇ ਤੂੰ ਇਹਨੂੰ ਬੁਲਾ ਕੇ 12 ਵਜੇ ਫਾਂਸੀ ਦੀ ਸਜ਼ਾ ਦੇ ਦੀ। ਹੁਣ ਮੰਤਰੀ ਕੁਝ ਬੋਲਦਾ ਇਦੋਂ ਪਹਿਲਾਂ ਹੀ ਰਾਜਾ ਕਿਸੇ ਹੋਰ ਦੁਕਾਨਾਂ ਦੇ ਅੱਗੇ ਚਲਾ ਗਿਆ। ਹੁਣ ਮੰਤਰੀ ਨੂੰ ਸਮਝ ਨਾ ਆਵੇ ਵੀ ਇਹ ਬੇਕਸੂਰ ਦੇ ਜਾਨ ਕਿਉਂ ਲੈਣੀ ਹੈ। ਹੁਣ ਨਾ ਜਦੋਂ ਉਹ ਆਪਣੇ ਮਹਿਲ ਦੇ ਵਿੱਚ ਕੋਈ ਤਿੱਖੜ ਦੁਪਹਿਰ ਹੋਈ ਤੇ ਪਹੁੰਚੇ ਤਾਂ ਉਹ ਵਾਪਸ ਆਇਆ। ਆ ਕੇ ਉਹਨੇ ਸਧਾਰਨ ਜਿਹੇ ਕੱਪੜੇ ਪਾ ਕੇ ਅਤੇ ਉਹਨੂੰ ਪੁੱਛਦਾ ਜੀ ਤੁਹਾਡਾ ਕਾਹਦਾ ਕਾਰੋਬਾਰ ਹੈ? ਉਹ ਅੱਗੋਂ ਹਲੀਮੀ ਨਾਲ ਕਹਿੰਦਾ ਜੀ ਮੈਂ ਚੰਦਨ ਦੀਆਂ ਲੱਕੜੀਆਂ ਵੇਚਦਾ। ਕਹਿੰਦੇ ਅੱਛਾ। ਇੰਨਾ ਸੁਣ ਕੇ ਤਾਂ ਉਹਨਾਂ ਬਾਹਰ ਆ ਗਏ। ਆਸ ਪਾਸ ਦੇ ਆ ਕੇ ਸਾਰੀਆਂ ਦੁਕਾਨਾਂ ਤੋਂ ਪੁੱਛਿਆ ਵੀ ਇਸ ਮਨੁੱਖ ਦਾ ਵਤੀਰਾ ਕਿਵੇਂ ਦਾ? ਸਾਰੇ ਕਹਿੰਦੇ ਜੀ ਚੰਦਨ ਦੀਆਂ ਲੱਕੜਾਂ ਵੇਚਦਾ, ਸਵੇਰੇ ਆ ਕੇ ਦੁਕਾਨ ਖੋਲ੍ਹ ਲੈਂਦਾ, ਕਿਸੇ ਨਾਲ ਬੋਲਦਾ ਨਹੀਂ, ਉਦਾਸ ਰਹਿੰਦਾ ਅਤੇ ਕਦੀ ਕਿਸੇ ਨਾਲ ਗੱਲਬਾਤ ਕਰਦੇ ਨਹੀਂ ਦੇਖਿਆ। ਹੁਣ ਉਹ ਰਾਜੇ ਦਾ ਮੰਤਰੀ ਵਾਪਸ ਉਹਦੇ ਕੋਲ ਗਿਆ। ਉਹਨੂੰ ਕਹਿੰਦਾ ਜੀ ਮਾਫ਼ ਕਰਿਓ, ਤੁਹਾਡੇ ਤੋਂ ਗੱਲ ਪੁੱਛਾਂ? ਉਹਨੇ ਕਿਹਾ ਪੁੱਛੋ। ਕਹਿੰਦੇ ਤੁਸੀਂ ਉਦਾਸ ਕਿਉਂ ਰਹਿੰਦੇ ਹੋ? ਕਹਿੰਦੇ ਜਦੋਂ ਦੁਕਾਨ ਮਾਲ ਦੀ ਭਰੀ ਹੋਵੇ ਅਤੇ ਇੱਕ ਵੀ ਚੀਜ਼ ਨਾ ਵਿਕੇ ਤਾਂ ਫਿਰ ਉਦਾਸ ਹੀ ਰਹਿਣਾ। ਘਰ ਖਾਣ ਵਾਲੇ ਹੋਣ ਅਤੇ ਉਹਨਾਂ ਦੀ ਜ਼ਰੂਰਤਾਂ ਨਾ ਪੂਰੀਆਂ ਕਰ ਸਕੀਏ, ਉਹਨਾਂ ਦੇ ਅੱਖਾਂ 'ਚ ਹੰਝੂ ਵੇਖੀਏ, ਫਿਰ ਉਦਾਸੀ ਛਾਏਗੀ ਨਾ? ਜਦੋਂ ਮੰਤਰੀ ਨੇ ਗੱਲ ਸੁਣੀ ਤਾਂ ਮੰਤਰੀ ਵੀ ਉਦਾਸ ਹੋ ਗਿਆ। ਮੰਤਰੀ ਨਾ ਇੱਕ ਭਰੇ ਜਿਹੇ ਲਹਿਜੇ ਨਾਲ ਕਹਿਣ ਲੱਗਾ ਵੀ ਜੇ ਸਾਰਾ ਸਮਾਨ ਨਾ ਵਿਕਿਆ ਤਾਂ ਫਿਰ ਕੀ ਕਰੋਗੇ?
ਅੱਗੋਂ ਨਾ ਦੁਕਾਨਦਾਰ ਗੁੱਸੇ ਨਾਲ ਕਹਿੰਦਾ, ਮੈਨੂੰ ਪਤਾ ਲੰਬੇ ਅਰਸੇ ਤੋਂ ਮੇਰਾ ਕੋਈ ਸਮਾਨ ਨਹੀਂ ਵਿਕਿਆ ਅਤੇ ਸ਼ਾਇਦ ਵਿਕੇਗਾ ਵੀ ਨਹੀਂ। ਉਹ ਕਹਿੰਦੇ, ਫਿਰ ਤੁਸੀਂ ਕੀ ਕਰੋਗੇ? ਕਹਿੰਦੇ, ਮੈਂ ਰੋਜ਼ ਪਰਮਾਤਮਾ ਅੱਗੇ ਅਰਦਾਸ ਕਰਦਾ ਵੀ ਇਸ ਨਗਰ ਦਾ ਰਾਜਾ ਚੱਲ ਬਸੇ। ਜਦੋਂ ਚੱਲ ਬਸੇਗਾ ਤਾਂ ਉਹਦੇ ਲਈ ਚੰਦਨ ਦੀ ਲੱਕੜਾਂ ਦੀ ਜ਼ਰੂਰਤ ਹੋਵੇਗੀ, ਉਹ ਸਾਰੀਆਂ ਮੇਰੇ ਕੋਲ ਜਾਣਗੀਆਂ। ਜਦੋਂ ਉਹਦੇ ਲਈ ਲੱਕੜਾਂ ਜਾਣਗੀਆਂ, ਆਸ ਪਾਸ ਦੇ ਲੋਕ ਵੀ ਚੰਦਨ ਦੀ ਲੱਕੜਾਂ ਮੇਰੇ ਤੋਂ ਖਰੀਦਣਗੇ। ਇਸ ਤਰ੍ਹਾਂ ਮੇਰੀ ਵਿਕਰੀ ਹੋਏਗੀ ਅਤੇ ਲਗਭਗ ਸਾਲ ਦਾ ਮੇਰਾ ਬੰਦੋਬਸਤ ਹੋ ਜਾਏਗਾ। ਜਦੋਂ ਰਾਜਾ ਚੱਲ ਬਸਿਆ ਤਾਂ ਹੋਰ ਵੀ ਉਹਦੇ ਸੋਗ ਵਿੱਚ ਕੋਈ ਨਾ ਕੋਈ ਚੱਲ ਬਸੇਗਾ ਅਤੇ ਰਾਜ ਘਰਾਨੇ ਨੂੰ ਚੰਦਨ ਦੀ ਲੱਕੜਾਂ ਦੀ ਜ਼ਰੂਰਤ ਮੇਰੇ ਕੋਲੋਂ ਪਵੇਗੀ। ਜਦੋਂ ਇਹ ਗੱਲ ਸੁਣੀ ਤਾਂ ਮੰਤਰੀ ਨੂੰ ਹੁਣ ਸਮਝਦੇ ਦੇਰ ਨਾ ਲੱਗੀ ਵੀ ਰਾਜੇ ਨੇ ਇੱਥੋਂ ਲੰਘਦੇ ਸਾਰ ਕਿਉਂ ਕਿਹਾ ਸੀ ਵੀ ਇਹਨੂੰ ਨਾ ਕੱਲ੍ਹ ਨੂੰ ਫਾਂਸੀ ਦੀ ਤੂੰ ਸਜ਼ਾ ਦੇ ਦੀ। ਉਹ ਹੁਣ ਕਹਿੰਦਾ ਵੀ ਹੁਣ ਉਹਦੀ ਮਦਦ ਕਰਨਾ ਚਾਹੁੰਦਾ ਸੀ। ਉਹਨੇ ਨਾ ਕੁਝ ਸੋਨੇ ਦੀਆਂ ਮੋਹਰਾਂ ਉਹਨੂੰ ਦਿੱਤੀਆਂ ਅਤੇ ਉੱਥੋਂ ਚੰਦਨ ਦੀ ਲੱਕੜੀਆਂ ਖਰੀਦ ਲਈਆਂ। ਇੱਕ ਮਨੁੱਖ ਨੂੰ ਬੁਲਾ ਕੇ ਅਤੇ ਉਹ ਚੰਦਨ ਦੀਆਂ ਲੱਕੜਾਂ ਰਾਜੇ ਦੇ ਦਰਬਾਰ ਲੈ ਗਿਆ। ਜਾ ਕੇ ਰਾਜੇ ਨੂੰ ਕਿਹਾ, ਰਾਜਾ, ਜਿਹਨੂੰ ਤੁਸੀਂ ਕੱਲ੍ਹ ਫਾਂਸੀ ਦੀ ਸਜ਼ਾ ਦੇਣਾ ਚਾਹੁੰਦੇ ਹੋ ਨਾ, ਉਹਨੇ ਤੁਹਾਡੇ ਲਈ ਚੰਦਨ ਦੀਆਂ ਲੱਕੜਾਂ ਭੇਜੀਆਂ ਨੇ। ਉਹ ਚੰਦਨ ਦੀ ਲੱਕੜਾਂ 'ਚ ਇੰਨੀ ਖੁਸ਼ਬੂ ਸੀ ਨਾ ਕਿ ਰਾਜਾ ਕਹਿੰਦਾ ਜਿਵੇਂ ਉਹ ਤਰੋ ਤਾਜ਼ਾ ਹੋ ਗਿਆ ਹੋਵੇ। ਰਾਜੇ ਨੇ ਕਿਹਾ, ਜਿਹਦੀ ਖੁਸ਼ਬੂ ਨਾਲ ਤਰੋ ਤਾਜ਼ਾ ਹੋ ਗਿਆ, ਜੇ ਇਹ ਲੱਕੜਾਂ ਨੂੰ ਵੱਖ ਵੱਖ ਤਰੀਕੇ ਨਾਲ ਵਰਤਿਆ ਜਾਵੇ ਤਾਂ ਕਿੰਨਾ ਚੰਗਾ ਹੋਵੇ। ਉਹਨੇ ਕਿਹਾ, ਰਾਜਾ, ਤੁਸੀਂ ਉਸਦੇ ਜਿਹੜੀ ਦੁਕਾਨ ਹੈ ਉਹਦੇ ਅੱਗੋਂ ਲੰਘ ਕੇ ਆਏ ਸੀ, ਇਸ ਲਈ ਉਹਨੇ ਤੁਹਾਨੂੰ ਭੇਟਾ ਕੀਤੀ। ਰਾਜਾ ਕਹਿੰਦਾ ਵੀ ਮੈਂ ਤਾਂ ਉਹਦੇ ਅੱਗੋਂ ਲੰਘ ਕੇ ਆਇਆ ਸੀ ਅਤੇ ਮੈਂ ਕਿਹਾ ਵੀ ਉਹਨੂੰ ਫਾਂਸੀ ਦੀ ਸਜ਼ਾ ਦੇ ਦਿਉ, ਅਤੇ ਉਹਨੂੰ ਲੱਗਾ ਵੀ ਰਾਜਾ ਲੰਘ ਕੇ ਗਿਆ ਅਤੇ ਉਹਨੂੰ ਭੇਟਾ ਕਰਨੀ ਚਾਹੀਦੀ, ਉਹ ਕਿੰਨਾ ਚੰਗਾ। ਰਾਜੇ ਨੇ ਇੱਕ ਸੋਨੇ ਦੀ ਮੋਹਰਾਂ ਦੀ ਪੋਟਲੀ ਦਿੱਤੀ ਅਤੇ ਉਹਨੂੰ ਕਿਹਾ ਵੀ ਵੱਖ ਵੱਖ ਕੰਮਾਂ ਦੇ ਵਿੱਚ ਸੋਨੇ ਇਹ ਜਿਹੜੀਆਂ ਵਰਤੀਆਂ ਜਾਣਗੀਆਂ ਲੱਕੜਾਂ ਉਹ ਲੈ ਕੇ ਆਓ ਅਤੇ ਅੱਗੇ ਤੋਂ ਹਰ ਮਹੀਨੇ ਉੱਥੋਂ ਇੰਨੀਆਂ ਲੱਕੜਾਂ ਲੈ ਕੇ ਆਈਆਂ ਜਾ। ਅੱਜ ਤੋਂ ਬਾਅਦ ਜੋ ਵੀ ਲੱਕੜ ਆਵੇਗੀ ਉਸੇ ਸੱਜਣ ਤੋਂ ਲੈ ਕੇ ਆਈ ਜਾਵੇ। ਹੁਣ ਨਾ ਮੰਤਰੀ ਪੁੱਠੇ ਪੈਰੀ ਮੁੜ ਗਿਆ। ਹੁਣ ਮੰਤਰੀ ਸੋਚਣ ਲੱਗਾ ਵੀ ਰਾਜੇ ਨੇ ਤਾਂ ਉੱਥੋਂ ਹੀ ਲੱਕੜਾਂ ਮੰਗਵਾਈਆਂ ਨੇ, ਹੁਣ ਰਾਜੇ ਦੇ ਮਨ 'ਚੋਂ ਉਹਨੂੰ ਫਾਂਸੀ ਦੇਣ ਦਾ ਖਿਆਲ ਮੁੱਕ ਗਿਆ। ਹੁਣ ਨਾ ਉਹਦੇ ਕੋਲ ਗਿਆ, ਜਾ ਕੇ ਉਹ ਦੁਕਾਨਦਾਰ ਨੂੰ ਸੋਨੇ ਦੀ ਪੋਟਲੀ ਜਿਹੜੀ ਮੋਹਰਾਂ ਦੀ ਸੀ ਦਿੱਤੀ। ਕਹਿੰਦੇ, ਵੇਖ ਤੂੰ ਰਾਜੇ ਬਾਰੇ ਕਿੰਨਾ ਮਾੜਾ ਸੋਚਦਾ ਸੀ, ਮੈਂ ਤੇਰੀਆਂ ਲੱਕੜਾਂ ਰਾਜੇ ਨੂੰ ਵਿਖਾਈਆਂ। ਰਾਜੇ ਨੇ ਕਿਹਾ, ਹੁਣ ਤੇਰੀ ਲੱਕੜਾਂ ਦੇ ਵੱਖ ਵੱਖ ਜਿਹੜੇ ਇੱਤਰ ਬਣਾਏ ਜਾਣਗੇ, ਵੱਖ ਵੱਖ ਚੰਦਨ ਦੇ ਸਾਬਣ ਬਣਾਏ ਜਾਣਗੇ, ਉੱਥੇ ਤੇਰੀ ਲੱਕੜਾਂ ਦੀ ਵਰਤੋਂ ਹੋਏਗੀ ਅਤੇ ਹਰ ਮਹੀਨੇ ਤੇਰੇ ਤੋਂ ਲੱਕੜਾਂ ਖਰੀਦੀਆਂ ਜਾਣਗੀਆਂ। ਉਹਨੇ ਕਿਹਾ, ਰਾਜਾ ਵੇਖ ਕਿੰਨਾ ਚੰਗਾ, ਤੇਰੇ ਬਾਰੇ ਕਿੰਨਾ ਚੰਗਾ ਸੋਚਦਾ ਅਤੇ ਤੂੰ ਕਿੰਨਾ ਮਾੜਾ ਸੋਚਦਾ। ਹੁਣ ਉਹ ਆਪਣੇ ਮੱਥੇ 'ਤੇ ਹੱਥ ਮਾਰ ਕੇ ਕਹਿੰਦਾ ਕਿ ਮੇਰੀ ਮੱਤ ਮਾਰੀ ਗਈ ਸੀ ਜਿਸ ਕਰਕੇ ਮੈਂ ਇਹ ਮਾੜੇ ਵਿਚਾਰ ਸੋਚੇ। ਹੁਣ ਮੰਤਰੀ ਉਹਨੂੰ ਰਾਸ਼ੀ ਦੇ ਕੇ ਤੇ ਚਲਾ ਗਿਆ। ਹੁਣ ਉਹ ਸੋਚਣ ਲੱਗਾ ਵੀ ਮੈਂ ਕਿੰਨਾ ਮਾੜਾ ਸੋਚਦਾ ਸੀ ਜਿਸ ਬਾਰੇ ਵੀ ਰਾਜਾ ਅਕਾਲ ਚਲਾਣੇ ਕਰਜੇ, ਪਰ ਰਾਜੇ ਨੇ ਤਾਂ ਮੇਰੀ ਸਾਰੀ ਸਮੱਸਿਆ ਦਾ ਹੀ ਹੱਲ ਕੱਢਤਾ। ਹੁਣ ਮੰਤਰੀ ਨੂੰ ਸਮਝ ਆ ਗਿਆ ਕਿ ਮਨੁੱਖ ਦੇ ਵਿਚਾਰ ਹੀ, ਮਨੁੱਖ ਦੇ ਖਿਆਲ ਹੀ ਮਨੁੱਖ ਦੇ ਕਰਮ ਬਣਾਉਂਦੇ ਨੇ। ਆਪਾਂ ਜਿਵੇਂ ਦਾ ਵਿਚਾਰ, ਜਿਵੇਂ ਦੇ ਕਰਮ ਸੋਚਦੇ ਹਾਂ, ਉਵੇਂ ਦਾ ਫਿਰ ਮੂੰਹੋਂ ਬੋਲਦੇ ਹਾਂ ਅਤੇ ਹੱਥ ਵੀ ਉਵੇਂ ਦਾ ਹੀ ਕੰਮ ਕਰਦੇ ਨੇ। ਜਦੋਂ ਆਪਾਂ ਚੰਗਾ ਸੋਚਾਂਗੇ ਤਾਂ ਮੂੰਹੋਂ ਵੀ ਫਿਰ ਚੰਗਾ ਹੀ ਨਿਕਲੇਗਾ। ਕਹਿੰਦੇ, ਜੋ ਮਿੱਠਾ ਬੋਲਦਾ ਅਤੇ ਨਿਮਰਤਾ ਰੱਖਦਾ ਨਾ, ਉਹ ਜੱਗ ਪੂਰੇ ਸੰਸਾਰ ਨੂੰ ਜਿੱਤ ਸਕਦਾ। ਜੋ ਕੌੜਾ ਬੋਲਦਾ ਉਹਨਾਂ 'ਤੇ ਪਰਿਵਾਰ ਦੇ ਜੀਵ ਹੀ ਨਹੀਂ ਚੱਲਦੇ ਹੈਗੇ। ਇਸ ਲਈ ਜੋ ਮਿੱਠਾ ਬੋਲਣ ਅਤੇ ਨਿਮਰਤਾ ਦਾ ਗੁਣ ਜਿਹਦੇ ਕੋਲ ਹੈ ਨਾ, ਉਹਨੂੰ ਦੁਨੀਆ ਉਹਦੇ ਵੱਸ ਵਿੱਚ ਹੈ। ਉਹਦੇ ਕੋਲ ਸਕੂਨ, ਸੰਤੋਖ, ਸਬਰ ਸਾਰੀਆਂ ਦਾਤਾਂ ਨੇ। ਉਹ ਦੁਨੀਆ ਦਾ ਸਭ ਤੋਂ ਸੁਖੀ ਇਨਸਾਨ ਹੈ। ਇਸ ਲਈ ਮਨੁੱਖ ਨੂੰ ਹਮੇਸ਼ਾ ਆਪਣੇ ਵਿਚਾਰ ਅਤੇ ਸੋਚ ਚੰਗੇ ਰੱਖਣੇ ਚਾਹੀਦੇ ਨੇ। ਜਦੋਂ ਵਿਚਾਰ ਅਤੇ ਸੋਚ ਹਰ ਸਮੇਂ ਚੰਗੇ ਰੱਖੇਗਾ ਨਾ, ਤਾਂ ਫਿਰ ਉਹਦੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਹੋਏਗੀ। ਹੁਣ ਵਿਚਾਰ ਅਤੇ ਸੋਚ ਨੂੰ ਕਿਵੇਂ ਚੰਗਾ ਰੱਖ ਸਕਦੇ ਹਾਂ? ਜਦੋਂ ਅੰਮ੍ਰਿਤ ਵੇਲੇ ਉੱਠੀਏ, ਉੱਠਣ ਸਾਰ ਪਰਮਾਤਮਾ ਦਾ ਨਾਮ ਲਵੋ। ਆਪਣੇ ਮਨ ਦੇ ਵਿੱਚ ਇੱਕ ਵਿਚਾਰ ਬਣਾ ਲਓ ਵੀ ਅੰਮ੍ਰਿਤ ਵੇਲੇ ਉੱਠੇ ਆ ਨਾ, 7 ਵਜੇ ਤੱਕ ਦੁਨੀਆ ਦੀ ਕੋਈ ਐਸੀ ਗੱਲ ਨਹੀਂ ਕਰਨੀ,
ਨਾ ਹੀ ਮੂੰਹ 'ਚੋਂ ਕਿਸੇ ਬਾਰੇ ਮਾੜੇ ਵਿਚਾਰ ਕਰਨੇ। ਸਵੇਰੇ ਉੱਠੋ ਅਤੇ ਆਪਣੇ ਆਪ ਨਾਲ ਇੱਕ ਵਾਅਦਾ ਕਰੋ ਵੀ ਅੱਜ ਸਾਰਾ ਦਿਨ ਕਿਸੇ ਬਾਰੇ ਮਾੜਾ ਨਹੀਂ ਬੋਲਣਾ। ਜਦੋਂ ਮਨ ਦੇ ਵਿੱਚ ਇਹ ਵਿਚਾਰ ਰੱਖ ਲਓਗੇ ਨਾ, ਫਿਰ ਹੌਲੀ ਹੌਲੀ ਤੁਹਾਡੇ ਜਿਹੜਾ ਬਦਲਾਵ ਆ, ਵਤੀਰਾ ਹੈ, ਉਹ ਬਦਲਣ ਲੱਗ ਜਾਏਗਾ। ਕਈ ਵਾਰ ਆਪਾਂ ਬਿਨਾਂ ਗੱਲ ਤੋਂ ਆਪਣੇ ਜਵਾਕਾਂ ਨੂੰ ਵੱਡੂ ਟੁੱਕੂ ਕਰਦੇ ਹਾਂ, ਹੌਲੀ ਹੌਲੀ ਉਹ ਵੱਡੂ ਟੁੱਕੂ ਆਪਣਾ ਸੁਭਾਅ ਅਤੇ ਵਤੀਰਾ ਬਣ ਜਾਂਦਾ। ਇਸ ਕਰਕੇ ਹਮੇਸ਼ਾ ਜਦੋਂ ਵੀ ਕੋਈ ਆਵਾਜ਼ ਲਗਾਏ ਅਤੇ ਪਿਆਰ ਅਤੇ ਠਰਮੇ ਨਾਲ ਆਵਾਜ਼ ਲਗਾਓ, ਫਿਰ ਦੇਖਿਓ ਹੌਲੀ ਹੌਲੀ ਉਹ ਸੁਭਾਅ 'ਚ ਰਚੇਗਾ ਅਤੇ ਕਾਲਾਪਣ, ਔਖਾ, ਈਰਖਾ, ਵੈਰ ਤੁਹਾਡੇ ਸੁਭਾਅ 'ਚੋਂ ਕੋਹਾਂ ਦੂਰ ਹੋ ਜਾਏਗਾ। ਫਿਰ ਤੁਹਾਡੇ ਜਦੋਂ ਤੁਸੀਂ ਗੁਣ ਅੰਦਰ ਧਾਰ ਲਏ ਨਾ, ਤਾਂ ਤੁਹਾਡਾ ਵਰਗਾ ਚੰਗਾ ਇਨਸਾਨ ਹੋਰ ਕੋਈ ਨਹੀਂ ਹੋਣਾ। ਇਸ ਲਈ ਆਪਣੇ ਵਿਚਾਰ, ਆਪਣੀ ਮੱਤ ਨੂੰ ਬਦਲੀਏ। ਪਹਿਲਾਂ ਚੰਗਾ ਸੋਚੀਏ, ਚੰਗਾ ਹੀ ਬੋਲੀਏ, ਨਿਮਰਤਾ ਧਾਰੀਏ, ਆਪਣੇ ਘਰ ਤੋਂ ਸ਼ੁਰੂਆਤ ਕਰੀਏ। ਫਿਰ ਆਸਾ ਪਾਸਾ ਵੀ ਸਾਰਾ ਸੁਖੀ ਹੋ ਜਾਏਗਾ, ਫਿਰ ਹਰ ਪਾਸੋਂ ਇੱਜ਼ਤ, ਮਾਣ ਸਮਾਨ ਵੀ ਮਿਲੇਗਾ ਅਤੇ ਸੁੱਖ ਸਮਰਿੱਧੀ ਵੀ ਆਏਗੀ। ਆਓ ਇਹ ਛੋਟੀ ਜਿਹੀ ਪਹਿਲ ਕਰੀਏ ਅਤੇ ਸੁੱਖਾਂ ਦੇ ਆਪਾਂ ਵਾਸੀ ਬਣ ਜਾਈਏ।